अच्छा चिट्टा साहब हम टाइम जो अल्लाह खैर करे सारा निकल ही जाना वा खुशियां दोबारा वापस आ जानियां ने ते तुसी ये जो टाइम गुजार रहे हो हुण फनकार बंदे नूं घर बहना पै गया तुसी ते कॉमेडी करन वाले बंदे हो ते हुण किस तरह मैनेज करदे हो घर महल्ले च किसे नूं जूतां मारदे हो बच्चियां नूं जूतां मारदे हो जां की करदे हो किस तरह क्योंकि हर बंदा जदों घर बहिंदा अपने कारोबार दे बारे च सोचदा तुसी भी अपने काम दे बारे च सोचदे हो करोना ने सब तो पहले काम बंद कीता हाँ जी वो काम बंद होने दे नाल नाल ज़हन बंद हो गए चिट्टा साहब ना दरअसल साडा बड़ा प्यार भी है इस करके ना इन्होंने थोड़ी जी फ्री माइंड होकर गल भी कर ली है। अच्छा चिट्टा साहब ये जिहड़ी जुगता फैसलाबाद दे विच हुंदियां यही तुसी शेखपुरे जा कर सकदे हो उत्थे जरा ये है कि तुहानू आटा दलिया भी मिल जाएगा। अच्छा शेखपुरे ओदी वजह है कि उत्थे जिमीदार लोग रहंदे है। हां जी हां जी ਇੱਥੇ ਤੁਸੀਂ ਜੁਗਤਾਂ ਕਰੀ ਜਾਓਗੇ ਅੱਗੋਂ ਤੁਹਾਨੂੰ ਵੀ ਕੋਈ ਜਾਣਗੀਆਂ ਨਹੀਂ ਹੁਣ ਤਾਂ ਜੁਗਤ ਤੁਸੀਂ ਕਿਸੇ ਹੋਰ ਇਲਾਕੇ ਜਾ ਕੇ ਕਰੋਗੇ ਤੁਹਾਨੂੰ ਗਾਣਾ ਪੱਕਾ ਵੀ ਮਿਲ ਜਾਏਗਾ ਚਲੋ ਤੁਹਾਡੇ ਚਿਹਰੇ ਤੇ ਰੌਣਕ ਆ ਜਾਏਗੀ। ਫੈਸਲਾਬਾਦ ਦੇ ਵਿੱਚ ਲੋਕ ਗੁੱਸਾ ਕਰਦੇ ਨੇ ਜੁਗਤਾਂ ਅਗਰ ਤੁਹਾਨੂੰ ਮਿਲਵਰ ਤੋਂ ਕੋਈ ਬੰਦਾ ਗਾਲ ਤੋਰੇ ਜਾਂਦੇ ਨੇ ਕਿਉਂਕਿ ਅਕਸਰ ਸਟੈਂਜਰ ਹੁੰਦੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਨਾਲ ਨਾ ਕਈ ਗੱਲ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਤੁਹਾਨੂੰ ਕਿਸੇ ਨੇ ਗੱਲ ਕੀਤੀ ਤੁਸੀਂ ਮਾਈਂਡ ਕਰਦੇ ਹੋ ਜਾਂ ਉਹਦੀ ਗੱਲ ਤੋਂ ਯਾਨੀ ਕਿ ਉਹਨੂੰ ਜਵਾਬ ਅੱਛਾ ਰਿਸਪੌਂਸ ਦਿੰਦੇ ਹੋ। ਸਭ ਤੋਂ ਪਹਿਲੇ ਅਸੀਂ ਨਾ ਚਿਹਰਾ ਸ਼ਨਾਸੀ ਕਰੀ ਦੀ ਹੈ। ਅੱਛਾ ਵੀ ਚਿਹਰਾ ਅਗਲੇ ਦਾ ਕੀ ਕਹਿ ਰਿਹਾ ਗੁੱਸੇ 'ਚ ਕਰ ਰਿਹਾ ਜੁਗਤ ਕਿ ਖੁਸ਼ੀ ਨਾਲ ਕਰ ਰਿਹਾ। ਅਸਲ ਦੇ ਵਿੱਚ ਨਾ ਇਹ ਫੈਸਲਾਬਾਦ ਦੀ ਮਿੱਟੀ ਐਡੀ ਜ਼ਰਖੇਜ਼ ਆ ਤੁਸੀਂ ਖਾਂ ਇਹਨਾਂ ਦੇ ਮੂੰਹ ਹੀ ਕੁਦਰਤੀ ਖਾਣ ਨੂੰ ਕੀ ਹੁਣ ਜਿਸ ਤਰ੍ਹਾਂ ਦਾ ਮਤਲਬ ਵਕਤ ਜਾ ਰਿਹਾ ਦੋ ਤਗਾਰੀ ਮੈਂ ਤੇਰੇ ਨਾਲ ਭਰ ਕੇ ਆਇਆ ਸੀ ਰੱਖ ਲਈ ਫਰਿੱਜ ਨਹੀਂ ਤੁਸੀਂ ਕਿਹਾ ਦੇ ਨਾ ਮੈਂ ਥੋੜੀ ਪਾ ਕੇ ਠੰਡੀ ਕਰਕੇ ਖਾਣੀ ਹੈ। ਮੌਸਮ ਨਹੀਂ ਉਹ ਇਹਦਾ ਇਹ ਹੈ ਵੀ ਜਰਾ ਜਿਸਮ ਦੇ ਵਿੱਚ ਐਲਰਜੀ ਆ ਜਾਂਦੀ ਹੈ ਹਾਂ ਬਿਲਕੁਲ ਅਸੀਂ ਬਕੇਅਰ ਕਰਦੇ ਹਾਂ। ਅਜੇ ਕੋਈ ਬੰਦਾ ਤੁਹਾਨੂੰ ਖੁਦ ਕਰਦਾ ਵਾ ਉਹਨੂੰ ਤੁਸੀਂ ਖੁਸ਼ੀ ਨਾਲ ਮਹਿਸੂਸ ਕਰਦੇ ਹੋ ਜਾਂ ਉਹਨੂੰ ਉਹ ਗੁੱਸੇ ਨਾਲ ਜਵਾਬ ਦਿੰਦੇ ਹੋ ਮੈਂ ਤੁਹਾਨੂੰ ਇਹ ਪੁੱਛ ਰਿਹਾ ਨਹੀਂ ਜੋ ਮਰਜ਼ੀ ਪੁੱਛੀ ਜਾਓ ਜਵਾਬ ਤਾਂ ਜਵਾਬ ਹੀ ਹੁੰਦਾ ਨਹੀਂ ਅਗਰ ਖੁਸ਼ੀ ਨਾਲ ਵੀ ਜਵਾਬ ਦੇਈਦਾ। ਅੱਛਾ ਯਾਨੀ ਕਿ ਖੁਸ਼ੀ ਜਿਸ ਦਿਨ ਕੰਮ ਤੇ ਨਾ ਜਾਵੇ ਫਿਰ ਉਹਦਾ ਨਾ ਜਵਾਬ ਦੇ ਦੇਣਾ ਨਹੀਂ ਫਿਰ ਗੁੱਸਾ ਤਾਂ ਤੇਰੀ ਦੁਆਰਾ ਵੱਟ ਤੇ ਪਿਆ ਜੋ ਗੁੱਸਾ ਤੁਹਾਡਾ ਵੱਟ ਤੇ ਪਿਆ ਕਿਉਂਕਿ ਬਾਦੇ ਬੰਦੇ ਨੂੰ ਵੈਸੇ ਹੀ ਗੱਲ ਬਹੁਤ ਹੁੰਦੀ ਹੈ ਚਿੱਟਾ ਸਾਹਿਬ ਜਿੱਧਰੋਂ ਵੀ ਲੰਘਦੇ ਨੇ ਜਾਂ ਜਿੱਧਰੋਂ ਜਾਂਦੇ ਨੇ ਨਾ ਪਰ ਉਹ ਕਈ ਫਨਕਾਰ ਦਾ ਫੇਸ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਦੂਰੋਂ ਪਛਾਣਿਆ ਜਾਂਦਾ ਯਾਰ ਕੋਈ ਫਨਕਾਰ ਬੰਦਾ ਆ ਰਿਹਾ। ਹੁਣ ਤੁਸੀਂ ਇਹ ਦੇਖ ਲਓ ਮੈਂ ਇਧਰੋਂ ਇਹ ਬਰਮਿੰਗਮ ਤੋਂ ਨਿਕਲੇ ਆ ਬਰਮਿੰਗਮ ਅੱਛਾ ਉਹ ਐਲਬਾ ਉਹ ਟੀ ਏ ਟੀ ਨੂਨ ਪੇਸ਼ਵਾ ਨੋ ਬਰਮਿੰਗਮ ਇਸੇ ਕਹਿੰਦੇ ਐਜੂਕੇਸ਼ਨ ਦੀ ਕਮੀ ਸਾਰੇ ਸਾਡੇ ਇਲਾਕੇ ਨੂੰ ਹਾਂਜੀ ਹਾਂਜੀ ਉਹਦੇ ਵਿੱਚ ਮਸਲਾ ਇਹ ਬਣਦਾ ਜੀ ਇਹ ਰਾਸ਼ਿਦ ਭਾਈ ਜੀ ਕਿ ਜਦੋਂ ਇਨਸਾਨ ਦੇ ਪੱਲੇ ਤਲੀਮ ਹੋਵੇ ਉਹ ਤੋਂ ਬਾਅਦ ਉਹਨੂੰ ਕੱਖ ਨਹੀਂ ਪੱਲੇ ਚਾਹੀਦਾ। ਵਾਹ ਵਾਹ ਤੁਸੀਂ ਜਾਣ ਕੇ ਤਲੀਮ ਤੁਹਾਨੂੰ ਰੱਬ ਨੇ ਦਿੱਤੀ ਹੈ ਹੋਰ ਪੱਲੇ ਕੱਖ ਨਹੀਂ ਤੁਹਾਡੇ ਤਲੀਮ ਹੈ ਤੁਹਾਡੇ ਕੋਲ ਤਲੀਮ ਨਾਲ ਤੁਸੀਂ ਅੱਗੇ ਬਹੁਤ ਕੁਛ ਤੁਹਾਡੇ ਪੱਲੇ 'ਚ ਆ ਜਾਣਾ ਵਾ ਤੁਹਾਡੇ ਤਾਂ ਵੈਸੇ ਵੀ ਪੱਲੇ ਦੇ ਵਿੱਚ ਲੋਕ ਆ ਹੁਣ ਅੱਗੋਂ ਰਮਜ਼ਾਨ ਸ਼ੁਰੂ ਹੋ ਜਾਣਾ ਆਖਰੀ ਦਿਨਾਂ ਦੇ ਵਿੱਚ ਵੈਸੇ ਹੀ ਤੁਹਾਡੇ ਪੱਲੇ ਭਰ ਜਾਣੇ ਆ ਕਿਉਂਕਿ ਰਹਿਮਤਾਂ ਨਾਲ ਪੱਲੇ ਭਰ ਜਾਣੇ ਆ ਅੱਲਾਹੁ ਅਕਬਰ ਕਿਆ ਕਹਨੇ ਭਰ ਜਾਣੇ ਲੈ ਤੁਹਾਡੀ ਸਾਰੀ ਗੁਫ਼ਤਗੂ ਨੇ ਜਲੀ ਉਹਦੇ ਨਾਲ ਇਹ ਆ ਵੀ ਚਲੋ ਤੁਹਾਡੇ ਮੂੰਹ ਦਾ ਭਰਮ ਭਾਵ ਹੀ ਰਹਿ ਗਿਆ ਵਰਨਾ ਧੋਤੀ ਮੂਲੀ ਵਰਗਾ ਮੂੰਹ ਆ ਤੇ ਚਲੋ ਆ ਤੇ ਚਲੋ ਫੇਰ ਮਸਟਰਡ ਕਲਰ ਆ ਇਹ ਜੰਮਣ ਗਿਲਗਤ ਤੁਹਾਡਾ ਨਹੀਂ ਸਮਝ ਆਉਂਦਾ ਗਿਲਗਤ ਨਹੀਂ ਮਨ ਹੁੰਦਾ ਨਹੀਂ ਮਨ ਤੇਰੇ ਐਕਸਪ੍ਰੈਸ਼ਨ ਦੱਸਦੇ ਨਹੀਂ ਮੰਨਦਾ ਨਹੀਂ ਕਿਸੇ ਨੇ ਵੀ ਨਹੀਂ ਮੰਨਣਾ ਲੇਕਿਨ ਤੁਸੀਂ ਕਹਿ ਗਏ ਹੋ ਚਲੋ ਲੇਕਿਨ ਸਾਡਾ ਹੱਕ ਆ ਸਾਨੂੰ ਦੱਸ ਦਈਏ ਹਾਂਜੀ ਅਸੀਂ ਸੱਚ ਦੱਸਾਂਗੇ ਚਲੋ ਇਹਨਾਂ ਦੇ ਕੋ ਪੇਟ ਪੱਲੇ ਪੈ ਜਾਏਗੀ ਹਾਂਜੀ ਨਹੀਂ ਫਿਰ ਤੇਰਾ ਝੂਠ ਤਾਂ ਵੜਤੇ ਪਿਆ ਗਿਲਗਤ ਦੇ ਵਿੱਚ ਤੁਸੀਂ ਜਦੋਂ ਪਦਾਇਸ਼ ਪਾਈ ਆ ਗਿਲਗਤ ਦਾ ਫਿਰ ਬਾਅਦ ਦੇ ਵਿੱਚ ਨਾਮ ਮਲੇਸ਼ੀਆ ਪੈ ਗਿਆ ਤੇ ਉਹ ਗਿਲਗਤ ਹੀ ਰਿਹਾ ਇਹ ਆਪਣੀ ਆਪਣੀ ਅਕੀਦਤ ਹੈ ਉਹਨੂੰ ਕੋਈ ਝੂਠ ਮਾਜਦਾ ਕਹੀ ਜਾਵੇ ਲੇਕਿਨ ਜਿਹੜਾ ਇਹ ਤਾਰੀਖ ਦੇ ਵਿੱਚ ਲਿਖਿਆ ਗਿਆ ਉਹਨੂੰ ਗਿਲਗਤ ਕਿਹਾ ਗਿਆ। ਅੱਛਾ ਗਿਲਗਤ 'ਚ ਤੁਹਾਡੀ ਇਕੱਲਿਆਂ ਦੀ ਪਦਾਇਸ਼ ਹੋਈ ਕਿ ਬਾਕੀ ਫੈਮਿਲੀ ਦੀ ਉੱਥੇ ਇੱਕ ਪਦਾਇਸ਼ ਹੋਈ ਨਹੀਂ ਸਿਰ ਇਹ ਮੇਰਾ ਜੰਮਣ ਭਾਉ ਆ ਬਾਕੀ ਮੇਰੇ ਨਾਨਕੇ ਮਿਸਰ 'ਚ ਆ ਤਾਰੀਖ ਪੜ ਕੇ ਦੇਖ ਲਓ। ਵਾਹ ਯਾਨੀ ਤੁਸੀਂ ਇੱਦਾਂ ਹੀ ਆ ਕੋਈ ਕਿਤੇ ਆ ਕੋਈ ਕਿਤੇ ਆ ਤੁਸੀਂ ਪਰਿੰਦੇ ਹੋ ਤੁਹਾਡਾ ਮੈਨੂੰ ਲੱਗਦਾ ਵਾ ਕਿ ਜਿੱਦਾਂ ਤੁਸੀਂ ਗਿਲਗਤ ਵੀ ਹੋ ਤੁਸੀਂ ਉਹ ਪਤਾ ਨਹੀਂ
ਇੱਧਰਲੇ ਪਾਸੇ ਵੀ ਸਾਰੇ ਪਾਸੇ ਤੁਸੀਂ ਰੌਣਕ ਕੀਤਾ ਪੂਰੀ ਦੁਨੀਆ ਤੇ। ਅਸਲ ਵਿੱਚ ਵੱਡੀ ਗੱਲ ਮੈਂ ਇਸ ਕਰਕੇ ਨਹੀਂ ਕਰਨਾ ਚਾਹ ਰਿਹਾ, ਤੁਸੀਂ ਟਾਮਾ ਟਾਮਾ ਤੇ ਖਾਣ ਪੀਣ ਆ ਤੁਹਾਡਾ। ਹਾਂਜੀ ਹਾਂਜੀ, ਸਾਡੇ ਕੋਲ ਜਿਵੇਂ ਜਿਵੇਂ ਪੈਸੇ ਆਈ ਜਾਂਦੇ ਅਸੀਂ ਰਕਬਾ ਲਈ ਜਾਈਦਾ। ਅੱਛਾ, ਰਕਬਾ ਲਈ ਜਾਂਦੇ ਹੋ, ਕਿੱਧਰਲੀ ਸਾਈਡ ਤੇ ਲਿਆ ਤੁਸੀਂ ਰਕਬਾ? ਇੱਥੇ ਕੋਈ ਸ਼ਹਿਰ ਵਾਲੇ ਪਾਸੇ ਕੋਈ ਸ਼ਹਿਰ ਲਈ ਜ਼ਮੀਨ ਜ਼ਮੂਨ? ਇੱਥੇ ਕਿਹੜਾ ਕੋਈ ਵਾਕਫ ਆ, ਮੈਂ ਹੁਣ ਇੱਥੇ ਕੀ ਲੈ ਕੇ ਕਰਨਾ? ਹਾਂ, ਯਾਨੀ ਕਿ ਬਾਹਰ ਦੇ ਮਤਲਬ ਬੈਰੀਅਰ ਟਾਊਨ ਦੇ ਵਿੱਚ ਤੁਹਾਡੇ ਪਲਾਟ ਹੈ ਵਾ? ਮੈਂ ਦੱਸ ਦਿੰਦਾ ਤੇ ਦੱਸਣ ਤੇ ਮੈਂ ਤਾਂ ਦੱਸ ਸਕਦਾ, ਟੈਕਸ ਵੀ ਲੱਗ ਸਕਦਾ ਨਾ, ਤੁਸੀਂ ਇਸ ਕਰਕੇ ਨਹੀਂ ਦੱਸਦੇ। ਉਹਦੀ ਵਜ੍ਹਾ ਇਹ ਹੈ ਕਿ ਨੈਬ ਵਾਲੇ ਫਿਰਦੇ ਆ ਪਿੱਛੇ। ਹਾਂਜੀ ਹਾਂਜੀ, ਸਾਈਕਲਾਂ ਤੇ ਤੁਹਾਡੇ ਸਲਾਹ ਕਿ ਨੈਬ ਵਾਲਿਆਂ ਤੁਹਾਡੇ ਅੱਗੇ ਕਿਉਂ ਫਿਰਨਾ ਚਾਹੀਦਾ ਵਾ, ਕਿਉਂਕਿ ਹਰ ਬੰਦੇ ਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ, ਅਤੇ ਲੇਕਿਨ ਉਹ ਤੁਹਾਡੇ ਪਿੱਛੇ ਫਿਰ ਰਹੇ, ਇਸ ਗੱਲ ਦੀ ਮੈਨੂੰ ਖੁਸ਼ੀ ਹੋਈ। ਅਤੇ ਨੈਬ ਵਾਲੇ ਪਿੱਛੇ ਨੇ, ਕਿਉਂਕਿ ਬੈਰੀ ਟਾਊਨ 'ਚ ਤੁਹਾਡੇ ਆਪਣੇ ਪਲਾਟ ਹੈ ਨਹੀਂ। ਮੈਂ ਦੱਸਣਾ ਨਹੀਂ ਚਾਹੁੰਦਾ ਲੇਕਿਨ ਹੈ। ਚਲੋ ਸ਼ੁਕਰੀਆ, ਅਲਹਮਦੁਲਿਲਾ। ਕਿੰਨੇ ਪਲਾਟ ਨੇ ਅਤੇ ਉਹ ਕੀ ਹੁੰਦਾ ਵਾ ਕਿ ਸਵੇਰੇ ਸਵੇਰੇ ਉਹ ਡਰਾਮੀ ਵਿਹਲੀ ਕਰਨੀ ਹੁੰਦੀ ਉਹਨਾਂ ਦੀ, ਕੀ ਕਰਨਾ ਹੁੰਦਾ ਉੱਥੇ ਬੈਰੀ ਟਾਊਨ 'ਚ? ਛੋਟੇ ਛੋਟੇ ਮਕਾਨ ਨੇ, ਥੋੜ੍ਹੀ ਦੁਆਨਾ, ਦੋ ਦੋ ਚਾਰ ਚਾਰ ਕਨਾਲ ਦੇ। ਹਾਂ, ਉਹ ਉਹਨਾਂ ਦਾ ਸਿਸਟਮ ਵੀ ਸਾਫ਼ ਸੁਥਰਾ ਹੁੰਦਾ ਨਾ, ਉਹਨਾਂ ਦੇ ਜਿਹੜੇ ਡਸਟਬਿਨ ਨੇ ਨਾ, ਬਿਲਕੁਲ ਸਾਫ਼ ਸੁਥਰੇ ਫਰੈਸ਼। ਅਤੇ ਡਸਟਬਿਨ ਤਾਂ ਸਾਡੇ ਨੂੰ ਵਿਹੜਾ ਕਰਕੇ ਆਉਂਦਾ, ਉਹਦੇ 'ਚ ਹਰ ਸ਼ੈ ਸੁੱਤੀ। ਅਤੇ ਉਹਦੇ ਵਿੱਚ ਜਿਹੜਾ ਤੁਸੀਂ ਜਦੋਂ ਬੈਰੀ ਟਾਊਨ ਦੇ ਵਿੱਚ, ਮੈਨੂੰ ਖੁਸ਼ੀ ਪਤਾ ਇਸ ਚੀਜ਼ ਦੀ ਹੋਈ ਹੈ, ਤੁਹਾਨੂੰ ਇਹਨਾਂ ਚੀਜ਼ਾਂ ਨਾਲ ਲਗਾਓ ਹੈ ਡਸਟਬਿਨ, ਹਾਲਾਂਕਿ ਤੁਹਾਡੇ ਦਰਵਾਜ਼ੇ ਨਾਲ ਝੋਲਾ ਬਣਿਆ। ਉਹ ਕਿਸ ਵਾਸਤੇ ਜੀ? ਅੱਲਾ ਵਾਸਤੇ। ਅੱਛਾ, ਕੌਂਦਾ ਜਾਂਦਾ ਵਿੱਚ ਕੋਈ ਰਾਸ਼ਨ ਸੁੱਟ ਜਾਂਦਾ, ਕੋਈ ਕੁਛ ਕਿਆ ਬਾਤ ਹੈ ਜੀ? ਅੱਛਾ ਠੀਕ ਆ ਜੀ। ਨਹੀਂ ਲਓ ਜੀ, ਚਿੱਟਾ ਸਾਹਿਬ ਤੁਹਾਡੀ ਮਿਹਰਬਾਨੀ ਹੈ, ਤੁਸੀਂ ਇਹ ਚੈਨਲ ਨੂੰ ਟਾਈਮ ਦਿੱਤਾ, ਅਤੇ ਕਿਉਂਕਿ ਅਸੀਂ ਤੁਹਾਡੀ ਗੱਲ ਜਿਹੜੀ ਹੈ ਪੂਰੀ ਦੁਨੀਆ ਤੱਕ ਪਹੁੰਚਾਵਾਂਗੇ। ਅੱਜ ਸਾਡੀ ਖੁਸ਼ਕਿਸਮਤ ਇਹ ਹੈ ਕਿ ਸਾਡੇ ਚੈਨਲ ਦੇ ਵਿੱਚ ਅਸਲਮ ਚਿੱਟਾ ਸਾਹਿਬ ਜਿਹੜੇ ਪਰਫੋਰਮੈਂਸ ਕਰ, ਕਿਉਂਕਿ ਇਹਨਾਂ ਨੇ ਜਾਣਾ ਮੁਲਕੋਂ ਬਾਹਰ, ਅਤੇ ਇਸ ਕਰਕੇ ਇਹਨਾਂ ਦਾ ਟਾਈਮ ਅਸੀਂ ਜ਼ਿਆਦਾ ਲੈ ਨਹੀਂ ਸਕਦੇ, ਕਿਉਂਕਿ ਇਹ ਮੁਲਕ ਦਾ ਕੰਮ ਨਹੀਂ ਹੈ, ਇਹ ਪਾਕਿਸਤਾਨ ਦਾ ਕੰਮ ਨਹੀਂ। ਸਰ ਸੋਰੀ, ਮੈਂ ਪੁੱਛ ਸਕਦਾ ਹਾਂ ਇਹ ਕੌਣ ਸੇ ਮੁਲਕ ਜਾ ਰਹੇ ਹੈ? ਇਹ ਇਹਨਾਂ ਨੇ ਜਦੋਂ ਜਹਾਜ਼ 'ਚ ਪਹਿਣਾ ਵਾ ਨਾ, ਉਹਨਾਂ ਦੀ ਮਰਜ਼ੀ ਹੈ ਕਿਹੜੇ ਮੁਲਕ ਛੱਡ ਕੇ ਆਉਣਾ, ਕਿਉਂਕਿ ਹਰ ਬੰਦਾ ਕਹਿੰਦਾ ਕਿ ਸਾਡੇ ਮੁਲਕ ਦੇ ਵਿੱਚੋਂ ਕਿਤੇ ਹੋਰ ਚੱਲ। ਸਰ ਵੈਸੇ ਆਪਕੀ ਕਾਫੀ ਅੰਡਰਸਟੈਂਡਿੰਗ ਹੈ ਚਿੱਟਾ ਸਾਹਿਬ, ਸਰ ਇਨਕੇ ਸਾਥ ਮੇਰਾ ਬੜਾ ਪਿਆਰ ਹੈ, ਇਨਕੇ ਸਾਥ ਬੜਾ ਮੁਹੱਬਤ ਹੈ। ਕੈਮਰਾ ਮੈਨ ਤੇ ਨਹੀਂ ਰਹਿ ਹੋ ਰਿਹਾ, ਕਿਉਂਕਿ ਬੰਦਾ ਬੰਦਾ ਹੀ ਇਸ ਤਰ੍ਹਾਂ ਦਾ ਹੁੰਦਾ ਹੈ, ਮਹਿਮਾਨ ਹੀ ਇਸ ਤਰ੍ਹਾਂ ਦੇ ਨੇ ਕਿ ਕੈਮਰਾ ਮੈਨ ਵੀ ਕਹਿੰਦਾ ਮੈਂ ਵੀ ਗੱਲਾਂ ਕਰਨੀ। ਤੇ ਲੇਕਿਨ ਸ਼ੁਕਰੀਆ ਜੀ ਚਿੱਟਾ ਸਾਹਿਬ, ਥੈਂਕ ਯੂ। ਸਰ ਇਨਕੇ ਪਾਸ ਗਾੜੀ ਕਾ ਮੈਂ ਪੁੱਛਣਾ ਚਾਹਤਾ, ਇਨਕੇ ਪਾਸ ਗਾੜੀ ਕੌਣ ਸੀ? ਇਨਕੇ ਪਾਸ ਜੋ ਗਾੜੀ ਹੈ ਵੋ ਗਾੜੀ ਕੇ ਕਮ ਸੋ ਕਮ ਇਨਸਾਨ 4 ਫੁੱਟ ਨਜ਼ਦੀਕ ਨਹੀਂ ਜਾ ਸਕਦਾ। ਕਿਉਂ ਸਰ? ਉਹ ਕੰਡੇ ਲਾਏ ਆ, ਕੰਡੇ ਸਾਈਡਾਂ ਤੇ। ਹਾਂ, ਕੰਡੇ ਲਾਏ ਨੇ। ਉਹ ਜਦੋਂ ਮੈਂ ਗੱਡੀਆਂ 'ਚ ਕੱਢਦਾ ਨਾ, ਮੇਰਾ ਡਰਾਈਵਰ ਆਗਾ ਬੜਾ ਅਥਰਾ ਜਿਹਾ। ਹਾਂਜੀ ਹਾਂਜੀ, ਉਹ ਇੰਜ ਘੁਮਾਉਂਦਾ ਤੇ ਫਿਰ ਕੰਡੇ ਵੱਜਦੇ ਆ। ਉਹ ਫਿਰ ਸਮਝੋ ਮੈਂ ਸਿਹਦਾ ਤਕੜਾ ਗੱਡੀ ਬਣਾਇਆ। ਇਹ ਗੱਡੀ ਜਦੋਂ ਇਹਦਾ ਡਰਾਈਵਰ ਐਂ ਘੁਮਾਉਂਦਾ ਨਾ, ਤਾਂ ਗਵਰਨਮੈਂਟ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਜੁਰਮਾਨਾ ਕੀਤਾ, ਕਿਉਂਕਿ ਕਹਿੰਦੇ ਅਗਰ ਤੁਸੀਂ ਗੱਡੀ ਘੁਮਾਉਣੀ ਹੈ ਨਾ, ਉੱਤੇ ਜਾਲ ਪਾਓ, ਕਿਉਂਕਿ ਫਿਰ ਜਦੋਂ ਤੁਸੀਂ ਘੁਮਾਉਂਦੇ ਹੋ ਸਾਰਾ ਕੋਈ ਖਿਲਰ ਖੁਲਰ ਜਾਂਦਾ, ਫਿਰ ਮੁੜ ਕੇ ਚੱਕਣਾ ਔਖਾ ਹੁੰਦਾ। ਸਰ ਮੇਰੇ ਜ਼ਿਹਨ ਮੇਂ ਇੱਕ ਬਾਤ ਹੈ ਕਿ ਇਹ ਇਨਕੀ ਜੋ ਹੌਬੀਜ਼ ਹੈ ਨਾ, ਉਹ ਮੇਰਾ ਖਿਆਲ ਇਹ ਸ਼ੌਕਸ ਹੈ, ਉਹ ਲਾਟੂ ਘੁਮਾਤੇ ਹੋਣਗੇ ਜੋ ਇਹ ਘੁਮਾਉਂਦੇ ਨਹੀਂ ਸੀ ਸਾਰੇ। ਇਹ ਜਿਹੜਾ ਮੁੰਡਾ ਇੱਕ ਲਾਟੂ ਖੇਡਦਾ ਹੁੰਦਾ ਸੀ, ਇਹਦੇ ਕੋਲ ਸਿਰਫ ਝੋਲਾ ਹੁੰਦਾ ਸੀ, ਉਹ ਗਾਗਰ ਕੱਢ ਕੇ ਦੇ ਹੋਏ, ਇਹ ਬੜੀ ਸੋਹਣੀ ਕੱਢ ਕੇ ਦਿੰਦਾ ਸੀ ਉਹਨਾਂ ਨੂੰ, ਕਿਉਂਕਿ ਆਪ ਨਹੀਂ ਸੀ ਖੇਡਦੇ, ਆਪ ਕਿਉਂਕਿ ਲਾਟੂ ਮਹਿੰਗਾ ਸੀ, ਐਟਮ ਮਹਿੰਗੀ ਸੀ। ਇਹ ਖੇਡਦੇ ਸੀ ਕੀੜੀ ਕੁੱਤੀ ਡੱਬੀਆਂ, ਉਹਨਾਂ ਦੇ ਲੱਖੇ ਇਕੱਠੇ ਕਰਦੇ ਸੀ, ਬੜਾ ਸੋਹਣਾ ਅੰਦਰ ਫਰਨੀਚਰ ਦੇ। ਸਰ ਵੈਸੇ ਜੋ ਵੀ ਰਾਸ਼ਦ ਸਾਹਿਬ, ਆਪ ਤੋਂ ਕਿਊਟ ਹੈ, ਮਗਰ ਇਨਕੀ ਸਮਾਈਲ ਮੁਝੇ ਬਹੁਤ ਅੱਛੀ ਲੱਗਦੀ ਹੈ। ਉਹ ਜੋ ਬੜੀ ਦੁਨੀਆ ਨੇ ਲਿਪਸ ਮੂਵਮੈਂਟ ਨੇ ਕਿਹਾ ਕਿ ਯਾਰ ਇਹ ਅੱਛਾ ਮੁਸਕਰਾਉਂਦੇ ਨੇ, ਅੱਛੇ ਚਿਹਰੇ ਨੇ, ਕਈ ਚਿਹਰੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਬੰਦਾ ਖੇਲ ਜਾਂਦਾ। ਗੁਰਬਤ ਨਹੀਂ ਜਾਂਦੀ ਡੱਬੀਆਂ ਤੇ ਫਲਾਣੀ ਕੇ, ਹਾਲਾਂਕਿ ਸਾਡੇ ਇਲਾਕੇ ਦੇ ਵਿੱਚ ਜ਼ਿਆਦਾ ਅਸੀਂ ਖੇਲਦੇ ਹਾਂ ਚੈਸ। ਕੀ ਹੁਣ ਇਹਨੂੰ ਇਹ ਵੀ ਨਹੀਂ ਪਤਾ ਚੈਸ ਕਿਹਨੂੰ ਕਿਹਾ ਜਾਂਦਾ? ਕਿਹਨੂੰ ਕਿਹਾ ਜਾਂਦਾ ਜੀ? ਇਹ ਕਿਹਾ ਜਾਂਦਾ ਚੈਸ, ਗੁੱਲੀ ਡੰਡੇ ਨੂੰ ਇੰਗਲਿਸ਼ ਦੇ ਵਿੱਚ ਗੁੱਲੀ ਡੰਡੇ ਨੂੰ ਚੈਸ ਕਿਹਾ ਜਾਂਦਾ। ਇੱਥੇ ਇਹਨੂੰ ਆਪਣਾ 12 ਡੰਡੇ ਵੀ ਕਹਿੰਦੇ ਆ, ਲੁੱਡੋ ਨੂੰ, ਗੁੱਲੀ ਡੰਡੇ ਨੂੰ। ਹਾਂਜੀ, ਗੁੱਲੀ ਡੰਡੇ ਨੂੰ 12 ਡੰਡੇ ਵੀ ਕਹਿੰਦੇ ਆ। ਸਰ ਇਹ ਅਸਲਮ ਚਿੱਟਾ ਸਾਹਿਬ ਗੱਤਕਾ ਬਹੁਤ ਅੱਛਾ ਖੇਡਦੇ ਆ, ਇਹ ਕਾਫੀ ਕੁਝ, ਕਿਉਂਕਿ ਇਹ ਅਕਸਰ ਜਿਹੜਾ ਵੀ ਕੰਮ ਇਹਨਾਂ ਨੇ ਕੀਤਾ ਨੇ ਜਿੱਤ ਗਏ, ਇਸ ਕਰਕੇ ਕਿ ਅਗਲੇ ਬੰਦੇ ਨੇ ਕਿਹਾ ਕਿ ਹਾਰ ਗਿਆ, ਮੇਰੇ ਕੋਲ ਨਹੀਂ ਇੰਨਾ ਕੁਝ ਬਰਦਾਸ਼ਤ ਹੋਣ ਡਿਆ, ਮੇਰਾ ਦਿਮਾਗ ਪਾਟਣ ਵਾਲਾ ਹੋਇਆ ਪਿਆ। ਸਰ ਇਹਨਾਂ ਨਾਲ ਲੜੇ ਨੇ ਤੇ ਉਹ ਵੀ ਕਿਹਾ ਮੈਂ ਹਾਰ ਗਿਆ। ਸਰ ਮੈਂ ਇਹਨਾਂ ਕਿਹਾ ਕਿ ਇੰਟਰਵਿਊ ਸੁਣਾ, ਉਸਮੇ ਕਹਿ ਰਹੇ ਥੇ ਕਿ ਬਾਂਦਰ ਕਿਲਾ ਨਹੀਂ, ਜੋ ਤਾਂ ਬਾਂਦਰ ਕਿਲਾ ਵੋ ਜੋ ਰਸੀ ਬਾਂਧ ਕੇ ਤੋ ਜੁੱਤੀਆਂ ਕਾਫੀ ਯੇ ਵੋ ਸਾਰਾ ਸਿਸਟਮ, ਇਹ ਬਹੁਤ ਬਾਂਦਰ ਕਿਲੇ ਦੇ ਵਿੱਚ ਮਸ਼ਹੂਰ ਸਾਨੇ ਕਹਿੰਦੇ ਕਿ ਯਾਰ ਪਤਾ ਕੀ ਗੱਲ ਬਾਂਦਰ ਮੈਂ ਬਣਨਾ। ਨਹੀਂ ਉਹ ਕਹਿੰਦੇ ਸੀ ਨਹੀਂ ਯਾਰ ਨਹੀਂ ਬਣਨਾ, ਤੂੰ ਇਹ ਕਹਿੰਦੇ ਨਹੀਂ ਮੈਨੂੰ ਜੋ ਖਿਲਾਉਣਾ ਤਾਂ ਬਾਂਦਰ ਮੈਂ ਆ, ਤੇ ਫਿਰ ਮਗਾ ਕਰ ਦੇ ਬੰਦ ਕਰ। ਓਕੇ ਸਰ ਤੇ